Hi everybody. आज दी इस वीडियो दे विच मैं आईलेट्स स्पीकिंग दे टिप्स और नाल शेयर करना चाहूंगा और ए वीडियो ओना स्टूडेंट्स दे लई है जिन्हां दा स्कोर 5.5 आ रहा है या फिर हो सकदा है तुहाडा स्कोर 6.5 आ रहा है और तुसी 7 स्कोर करना चाहते हो। खास तौर पर अगर तुसी जनरल ट्रेनिंग दा एग्जाम तुसी देना है जो कि PR लई अप्लाई हुंदा है। बहुत सारे ਇੱਦਾਂ ਦੇ IELTS ਦੇ ਕੈਂਡੀਡੇਟਸ ਨੇ ਘਰੇ ਤੁਸੀਂ ਬੈਠ ਕੇ ਤਿਆਰੀ ਕਰ ਰਹੇ ਹੋ ਐਸ ਐਵਰੀਬਾਡੀ ਨੋਜ਼ ਦੈਟ ਇਟਸ ਲੌਕਡਾਊਨ ਐਵਰੀਵੇਅਰ ਆਲਦੋ ਟੁਡੇ ਆਈ ਐਮ ਸ਼ੂਟਿੰਗ ਦਿਸ ਵੀਡੀਓ ਇਟਸ 8th ਆਫ ਜੂਨ ਯੈਸ ਸਰਟਨ ਥਿੰਗਸ ਆਰ ਦੇਅਰ ਦੈਟ ਵੀ ਆਰ ਅਲਾਉਡ ਨਾਉ ਟੂ ਵਿਜ਼ਿਟ ਬਟ ਕਮਿੰਗ ਟੂ ਦ ਪੁਆਇੰਟ ਸਪੀਕਿੰਗ ਦੇ ਟਿਪਸ ਦੀ ਅਗਰ ਮੈਂ ਗੱਲ ਕਰਾਂ ਜਿਸ ਵੀ ਸਟੂਡੈਂਟ ਨੇ ਲਾਸਟ ਤੱਕ ਇਹ ਵੀਡੀਓ ਦੇਖੀ ਮੈਂ ਉਮੀਦ ਕਰਦਾ ਕਿ ਜੋ ਮੇਰੇ ਟਿਪਸ ਨੇ ਜੋ ਮੈਨੂੰ ਪਰਸਨਲੀ ਲੱਗਦਾ ਜਿਸ ਨਾਲ ਬਹੁਤ ਸਾਰੇ ਤਾਂ ਨਹੀਂ ਕਹੂੰਗਾ ਲੇਕਿਨ ਜੋ ਮੇਰੇ ਸਟੂਡੈਂਟਸ ਨੇ ਜੋ ਜਿਨ੍ਹਾਂ ਨੇ ਮੇਰੇ ਤੋਂ ਕੋਚਿੰਗ ਲਈ ਹੈ ਉਹਨਾਂ ਨੂੰ ਜ਼ਰੂਰ ਬੈਨੀਫਿਟ ਹੋਇਆ। ਆਈ ਐਮ ਸ਼ੋਰ ਵੀਡੀਓ ਪੂਰੀ ਦੇਖਣ ਤੋਂ ਬਾਅਦ ਤੁਹਾਨੂੰ ਵੀ ਬੈਨੀਫਿਟ ਹੋਏਗਾ ਅਗਰ ਤੁਸੀਂ ਇਹ ਟਿਪਸ ਤੁਸੀਂ ਫੋਲੋ ਕਰਦੇ ਹੋ, ਅਗਰ ਤੁਸੀਂ ਇਹਨਾਂ ਨੂੰ ਤੁਸੀਂ ਇੰਪਲੀਮੈਂਟ ਕਰਦੇ ਹੋ ਤੁਹਾਡੇ ਟੈਸਟ ਵਾਲੇ ਦਿਨ ਜਾਂ ਉਸ ਤੋਂ ਪਹਿਲਾਂ ਪ੍ਰੈਕਟਿਸ ਦੇ ਦੌਰਾਨ। ਸੋ ਟਿਪ ਨੰਬਰ 1, ਸਭ ਤੋਂ ਪਹਿਲਾਂ ਜੋ ਟਿਪ ਹੈ, ਇਟ ਇਜ਼ ਸਮਥਿੰਗ ਦੈਟ ਯੂ ਰੀਅਲੀ ਨੀਡ ਟੂ ਥਿੰਕ ਬਿਫੋਰ ਆਨਸਰਿੰਗ ਕੁਐਸਚਨ। ਹਰ ਕੁਐਸਚਨ ਦਾ ਜਵਾਬ ਜਿਹੜਾ ਹੈ, ਖਾਸ ਤੌਰ ਤੇ ਜੋ ਫਸਟ ਪਾਰਟ ਹੈ, ਫਸਟ ਪਾਰਟ ਦਾ ਹਰ ਕੁਐਸਚਨ ਦਾ ਆਨਸਰ ਇਹ ਨਹੀਂ ਹੈ ਕਿ ਕੁਐਸਚਨ ਆਇਆ ਕੁਐਸਚਨ ਆਨਸਰ ਕੁਐਸਚਨ ਆਨਸਰ ਕੁਐਸਚਨ ਆਨਸਰ। ਯੂ ਸ਼ੁਡ ਨਾਟ ਜੰਪ ਓਵਰ ਕੁਐਸਚਨਸ, ਮੀਨਸ ਇਹ ਨਹੀਂ ਹੈ ਕਿ ਹਰ ਕੁਐਸਚਨ ਦਾ ਆਨਸਰ ਤੁਸੀਂ ਬੜੀ ਜਲਦੀ ਦੇਣ ਦੀ ਕੋਸ਼ਿਸ਼ ਕਰ ਰਹੇ ਹੋ। ਸੋ ਥੋੜਾ ਟਾਈਮ ਤੁਸੀਂ ਸੋਚ ਵੀ ਸਕਦੇ ਹੋ, ਤੁਸੀਂ ਐਗਜ਼ਾਮਿਨਰ ਨੂੰ ਬਿਲਕੁਲ ਬੋਲ ਸਕਦੇ ਹੋ ਕਿ ਸਰ ਜਸਟ ਗਿਵ ਮੀ ਸਮ ਟਾਈਮ ਟੂ ਥਿੰਕ ਔਰ ਪਲੀਜ਼ ਗਿਵ ਮੀ ਮੋਮੈਂਟ ਟੂ ਥਿੰਕ। ਜਾਂ ਫਿਰ ਇੱਕ ਹੋਰ ਬੜੀ ਅੱਛੇ ਤਰੀਕੇ ਨਾਲ ਤੁਸੀਂ ਉਹਨੂੰ ਬੋਲ ਸਕਦੇ ਹੋ, ਲੈਟਸ ਸੇ ਦ ਕੁਐਸਚਨ ਇਜ਼, ਡਿਡ ਯੂ ਗਰੋ ਐਨੀ ਪਲਾਂਟ ਵੈਨ ਯੂ ਵਰ ਯੰਗ ਔਰ ਅ ਚਾਈਲਡ, ਰਾਈਟ? ਕੀ ਤੁਸੀਂ ਕੋਈ ਪਲਾਂਟ ਇੱਦਾਂ ਦਾ ਤੁਸੀਂ ਗਰੋ ਕੀਤਾ ਜੋ ਤੁਸੀਂ ਯੰਗ ਸੀ? ਸੋ ਤੁਸੀਂ ਸੇਮ ਕੁਐਸਚਨ ਹੀ ਰਿਪੀਟ ਕਰ ਸਕਦੇ ਹੋ ਇਸ ਤਰੀਕੇ ਨਾਲ, ਡਿਡ ਆਈ ਗਰੋ ਐਨੀ ਪਲਾਂਟ ਵੈਨ ਆਈ ਵਾਸ ਯੰਗ, ਲੈਟ ਮੀ ਥਿੰਕ। ਸੋ ਦਿਸ ਇਜ਼ ਹਾਓ ਇਸ ਤਰੀਕੇ ਨਾਲ ਤੁਸੀਂ ਥੋੜ੍ਹਾ ਜਿਹਾ ਟਾਈਮ ਲੈ ਸਕਦੇ ਹੋ। ਔਰ ਅਗਰ ਤੁਸੀਂ ਇਸ ਤਰੀਕੇ ਨਾਲ ਟਾਈਮ ਲੈਂਦੇ ਹੋ, ਸੋ ਇਟ ਸਾਊਂਡਸ ਯੂ ਸੀਮ ਟੂ ਬੀ ਮੋਰ ਨੈਚੁਰਲ, ਤੁਸੀਂ ਜ਼ਿਆਦਾ ਨੈਚੁਰਲ ਲੱਗਦੇ ਹੋ। ਔਰ ਜਦੋਂ ਤੁਸੀਂ ਨੈਚੁਰਲ ਲੱਗਦੇ ਹੋ, ਆਬਵੀਅਸਲੀ ਦੈਟ ਐਗਜ਼ਾਮਿਨਰ ਥਿੰਕਸ, ਐਗਜ਼ਾਮਿਨਰ ਥਿੰਕਸ ਅਗੇਨ ਆਫ ਚਾਹੇ ਦੇ ਫੀਲ ਦੈਟ ਯੂ ਹੈਵ ਨਾਟ ਕ੍ਰੈਮਡ, ਮੀਨਸ ਰੱਟਾ ਤੁਸੀਂ ਨਹੀਂ ਲਗਾਇਆ ਔਰ ਇਹ ਤੁਹਾਡੀ ਆਪਣੀ ਨੈਚੁਰਲ ਇੰਗਲਿਸ਼ ਹੈ। ਸੋ ਦਿਸ ਇਜ਼ ਅ ਟਿਪ ਨੰਬਰ 1। ਜਦੋਂ ਵੀ ਫਸਟ ਪਾਰਟ ਔਰ ਥਰਡ ਪਾਰਟ ਦੇ ਵਿੱਚ ਤੁਸੀਂ ਆਨਸਰ ਦੇਣਾ ਹੈ, ਜਸਟ ਗਿਵ ਟਾਈਮ ਟੂ ਯੋਰਸੈਲਫ, ਜਸਟ ਥਿੰਕ ਅਬਾਊਟ ਇਟ। ਉਸ ਤੋਂ ਇਲਾਵਾ ਬਹੁਤ ਕੁਛ ਹੈ ਜੋ ਤੁਸੀਂ ਉਹਨੂੰ ਐਗਜ਼ਾਮਿਨਰ ਨੂੰ ਕਹਿਣਾ ਕਿ ਜੀ ਮੈਂ ਸੋਚ ਰਿਹਾ, ਸੋ ਮੈਨੂੰ ਥੋੜ੍ਹਾ ਟਾਈਮ ਦਿਓ, ਪਲੀਜ਼ ਗਿਵ ਮੀ ਅ ਮੋਮੈਂਟ ਟੂ ਥਿੰਕ, ਔਰ ਦਿਸ ਇਜ਼ ਸਮਥਿੰਗ ਲਾਈਕ ਆਈ ਹੈਵ ਨੈਵਰ ਥੋਟ ਅਬਾਊਟ ਬਿਫੋਰ, ਸੋ ਆਈ ਰੀਲੀ ਨੀਡ ਟੂ ਸਲੀਪ ਔਨ ਇਟ। ਸਲੀਪ ਔਨ ਇਟ ਤੁਸੀਂ ਇੱਕ ਫਰੇਜ਼ ਯੂਜ਼ ਕਰ ਸਕਦੇ ਹੋ ਕਿ ਮੈਨੂੰ ਇਸ ਦੇ ਉੱਪਰ ਥੋੜ੍ਹਾ ਸੋਚਣਾ ਪੈਣਾ। So this is the tip number 1. Tip number 2. Dusra tip jo hai, oh bahut jyada important hai jo dusra tip hai. So please enu dhyan na sunna. Jo main aksar students de vich dekhya ki question ki hunda, bahut baar dekhya, samajh aaya nahi, answer dena shuru karta. Jive question puchya, okay, so the same question. Did you grow any plants when you were young? Answer dena shuru karta. I think that yes, when I was a child, and then jo main classes de vich dekhya, jo classes de vich main dekhya, classes de vich ta teachers nu puch lende, sir question ki si, sir ki puchya si tusi, but when in a real exam or in a real test, utthe nahi puch sakde, utthe nahi puchya janda, because they know, like they have a pressure, right? Utthe pressure hunda, so jadon utthe nahi puchde, so then they start giving answer, okay, they start answering. ਇਹ ਗਲਤੀ ਨਹੀਂ ਕਰਨੀ। ਅਗਰ ਕੁਐਸਚਨ ਸਮਝ ਨਹੀਂ ਆਇਆ, ਅਗਰ ਟਿਪ ਨੰਬਰ 2 ਇਜ਼, ਅਗਰ ਕੁਐਸਚਨ ਸਮਝ ਨਹੀਂ ਆਇਆ, ਆਨਸਰ ਨਹੀਂ ਦੇਣਾ। ਸੋ ਉਹਦੇ ਲਈ ਤੁਸੀਂ ਉਹਨੂੰ ਬੋਲ ਸਕਦੇ ਹੋ, ਸਰ ਆਈ ਐਮ ਸੌਰੀ, ਆਈ ਡਿਡਨਟ ਕੁਆਈਟ ਕੈਚ ਦੈਟ, ਵੁੱਡ ਯੂ ਮਾਈਂਡ ਰਿਪੀਟਿੰਗ ਇਟ ਪਲੀਜ਼? ਕੀ ਰਿਪੀਟ ਕਰ ਸਕਦੇ ਹੋ, ਮੈਨੂੰ ਸਮਝ ਨਹੀਂ ਆਇਆ। ਕਈ ਵਾਰੀ ਇਹ ਵੀ ਹੁੰਦਾ ਕਿ ਕੋਈ ਖਾਸ ਤਰ੍ਹਾਂ ਦਾ ਕੋਈ ਸਪੈਸੀਫਿਕ ਵਰਡ ਹੋਏ ਜੋ ਤੁਹਾਨੂੰ ਸਮਝ ਨਹੀਂ ਆਇਆ, ਰਾਈਟ? It could be any word in a sentence. Then, agar thonu word samajh nahi aaya, so you could say that, sir, could you clarify what do you mean by dash? Right? It could be any word. Koi bhi word ho sakda hai. So agar thonu word samajh nahi aaya, so tusi bol sakde ho ki, sir, mainu word samajh nahi aaya, mainu word samjhana, word ki hai.
सर व्हाट डू यू मीन बाय डैश, दिस मीन्स दैट आपां पहला चंगी तरह क्वेश्चन नूं समझना, अगर तुहानूं क्वेश्चन समझ नहीं आया आंसर नहीं देना, सो तुसीं उहनूं पुछ सकदे हो, यू हैव कंप्लीट, यू हैव कंप्लीट राइट। यस, एक चीज ध्यान देने वाली है, फर्स्ट पार्ट दे विच वो एक्सप्लेन नहीं कर सकता, एग्जामिनर विल नॉट एक्सप्लेन, बट यस इन द थर्ड सेक्शन, जो तीसरा सेक्शन है उस दे विच तुसीं एग्जामिनर नूं तुसीं उहनूं बोल सकदे हो कि सर प्लीज थोड़ा एक्सप्लेन कर दो, प्लीज एक्सप्लेन इट, राइट। ओके, टिप नंबर थर्ड, सो लाइक विच आई बिलीव टिप नंबर थर्ड इज दैट व्हेन यू टेक एग्जाम, जो टिप नंबर थर्ड है, I won't say that it's a piece of cake. Means एनु हर कोई कर सकता है. Piece of cake means like which is very easy, like everybody can do it. But yes, you can try. That is to relax and smile. Yes, relax or smile. जो भी exam होता मैं देखे बहुत सारे IELTS देते हैं students देखे जिन्होंने मैं teach की था personally. I've taught, right? So I've found that students, I don't know like why, they become serious. एकदम serious face हो जाता है. Answer तुसी बोल रहे हो कि I enjoyed very much when I attended this marriage function or when I was celebrating my birthday. So I enjoyed a lot. When you say I enjoyed a lot, और face जो है I enjoyed a lot. So there should be smile. I enjoyed a lot when I was attending my ABC function or when I was celebrating my birthday. I really enjoyed a lot. So relax and smile. एक कुछ पर्सनल टिप्स है, इस तो अलावा होर बहुत सारे टिप्स है, होर बहुत सारे इदा दी गल्लां ने। एंड इफ यू वांट टू टेक ऑनलाइन IELTS कोचिंग, सो प्लीज फील फ्री टू कॉन्टैक्ट, बिकॉज नाउ इट्स अ लॉकडाउन, इंस्टीट्यूट्स तुसीं जा नहीं सकते, सो मैं नहीं चाहूंगा कि तुसीं अपना टाइम वेस्ट करो जिथे भी तुसीं कोचिंग लेना चाहते हो। सो द फाइनल एडवाइस, इट्स अ फाइनल एडवाइस, इट कुड बी अ लाइफ चेंजिंग एडवाइस, प्लीज डू नॉट वेस्ट योर टाइम, प्लीज प्रिपेयर। अगर घर बैठे हो तो घर बैठ के तैयारी कर सकते हो। इफ यू नीड एनी हेल्प रिलेटेड टू IELTS, स्पेशली स्पीकिंग, अगर स्पीकिंग तो रिलेटेड कुछ भी थोड़ी मेरी हेल्प चाहिए, आई विल डेफिनेटली मेंशन माय व्हाट्सएप नंबर इन द डिस्क्रिप्शन, फील फ्री टू कॉन्टेक्ट। थैंक्स फॉर वॉचिंग, टेक केयर।